ਨਮਸਕਾਰ ਮੇਰਾ ਨਾਮ ਤੇਜਸਵ ਉਦੇ ਮੈਂ 9ਵੀਂ ਜਮਾਤ ਦੇ ਕੇਂਦਰੀ ਵਿਦਿਆਲਿਆ ਕਾਂਜੀ ਕੋੜ ਅਰਣਖੁਰਮ ਦਾ ਵਿਦਿਆਰਥੀ ਹਾਂ ਮੇਰਾ ਪ੍ਰਸ਼ਨ ਇਹ ਹੈ ਕਿ ਹਾਰਡ ਵਰਕ ਅਤੇ ਸਮਾਰਟ ਵਰਕ ਵਿੱਚ ਕਿਹੜਾ ਵਰਕ ਜ਼ਰੂਰੀ ਹੈ ਕਿ ਚੰਗੇ ਨਤੀਜੇ ਲਈ ਦੋਵੇਂ ਜ਼ਰੂਰੀ ਨੇ ਕਿਰਪਾ ਕਰਕੇ ਆਪਣਾ ਮਾਰਗਦਰਸ਼ਨ ਦਿਓ ਧੰਨਵਾਦ ਅੱਛਾ ਤੁਸੀਂ ਬਚਪਨ ਵਿੱਚ ਇੱਕ ਕਹਾਣੀ ਪੜ੍ਹੀ ਹੋਵੇਗੀ ਸਾਰਿਆਂ ਨੇ ਜ਼ਰੂਰ ਪੜ੍ਹੀ ਹੋਵੇਗੀ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਮਾਰਟ ਵਰਕ ਕੀ ਹੁੰਦਾ ਹੈ ਅਤੇ ਹਾਰਡ ਵਰਕ ਕੀ ਹੁੰਦਾ ਹੈ ਅਸੀਂ ਬਚਪਨ ਵਿੱਚ ਇਹ ਕਹਾਣੀ ਸੁਣਾਈ ਜਾਂਦੀ ਸੀ ਕਿ ਇੱਕ ਘੜੇ ਵਿੱਚ ਪਾਣੀ ਡੂੰਘਾ ਸੀ ਅਤੇ ਪਾਣੀ ਕਾਫੀ ਡੂੰਘਾ ਅਤੇ ਇੱਕ ਕਾਂ ਪਾਣੀ ਪੀਣਾ ਚਾਹੁੰਦਾ ਸੀ ਪਰ ਉਸ ਦੀ ਚੁੰਝ ਪਾਣੀ ਤੱਕ ਨਹੀਂ ਜਾ ਸਕ ਰਹੀ ਸੀ ਅਤੇ ਉਸ ਕਾਂ ਨੇ ਛੋਟੇ-ਛੋਟੇ ਪੱਥਰ ਚੁੱਕ ਕੇ ਘੜੇ ਵਿੱਚ ਪਾਏ ਤੇ ਪਾਣੀ ਹੌਲੀ-ਹੌਲੀ ਉੱਪਰ ਆਇਆ ਤੇ ਫਿਰ ਉਸਨੇ ਆਰਾਮ ਨਾਲ ਪਾਣੀ ਪੀਤਾ ਸੁਣੀ ਇਹ ਕਹਾਣੀ ਤੁਸੀਂ ਇਸ ਨੂੰ ਕੀ ਕਹੋਗੇ ਹਾਰਡ ਵਰਕ ਕਹੋਗੇ ਜਾਂ ਸਮਾਰਟ ਵਰਕ ਕਹੋਗੇ ਦੇਖੋ ਜਦੋਂ ਇਹ ਕਹਾਣੀ ਲਿਖੀ ਗਈ ਤਾਂ ਉਸ ਵੇਲੇ ਸਟਰਾ ਨਹੀਂ ਸੀ ਵਰਨਾ ਇਹ ਕਾ ਬਾਜ਼ਾਰ ਵਿੱਚ ਜਾ ਕੇ ਸਟਰਾ ਲੈ ਆਉਂਦਾ ਕੁਝ ਲੋਕ ਹੁੰਦੇ ਨੇ ਜੋ ਹਾਰਡ ਵਰਕ ਹੀ ਕਰਦੇ ਰਹਿੰਦੇ ਨੇ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਹਾਰਡ ਵਰਕ ਵਿੱਚ ਨਾ ਨਿਸ਼ਾਨ ਨਹੀਂ ਹੁੰਦਾ ਕੁਝ ਲੋਕ ਹੁੰਦੇ ਨੇ ਜੋ ਹਾਰਡਲੀ ਸਮਾਰਟ ਵਰਕ ਕਰਦੇ ਨੇ ਅਤੇ ਕੁਝ ਲੋਕ ਹੁੰਦੇ ਨੇ ਜੋ ਸਮਾਰਟੀ ਹਾਰਡ ਵਰਕ ਕਰਦੇ ਨੇ ਅਤੇ ਕਹਾਵੀ ਇਹ ਸਿਖਾ ਰਿਹਾ ਹੈ ਕਿ ਸਮਾਰਟੀ ਹਾਰਡਵਰਕ ਕਿਵੇਂ ਕਰਨਾ ਹੈ ਅਤੇ ਇਸ ਲਈ ਪਹਿਲਾ ਹਰ ਕੰਮ ਨੂੰ ਬਰੀਕੀ ਨਾਲ ਸਮਝੋ ਕੁਝ ਲੋਕ ਹੁੰਦੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਚੀਜ਼ਾਂ ਨੂੰ ਸਮਝਣ ਦੇ ਬਜਾਏ ਸਿੱਧਾ ਆਪਣਾ ਦਿਮਾਗ ਲਗਾਉਣਾ ਲੱਗ ਜਾਂਦੇ ਨੇ ਢੇਰ ਸਾਰੀ ਮਿਹਨਤ ਕਰੋ ਪੜਨਾ ਮਿਲਦਾ ਹੀ ਨਹੀਂ ਹੈ ਮੈਨੂੰ ਯਾਦ ਹੈ ਕਿ ਮੈਂ ਬਹੁਤ ਪਹਿਲਾਂ ਟ੍ਰਾਈਬਲ ਬੈਟ ਤੇ ਕੰਮ ਕਰਦਾ ਸੀ ਤਾਂ ਮੈਂ ਕਾਫੀ ਇੰਟੀਰੀਅਰ ਵਿੱਚ ਜਾਣਾ ਪੈਂਦਾ ਸੀ ਕਿਸੇ ਨੇ ਮੈਨੂੰ ਉਸ ਵੇਲੇ ਪੁਰਾਣੀ ਜੀਪ ਦੀ ਵਿਵਸਥਾ ਕੀਤੀ ਕਿ ਉਸ ਨੂੰ ਲੈ ਕੇ ਜਾਓ ਸਵੇਰੇ ਅਸੀਂ ਕ੍ਰੀਪ 5:30 ਵਜੇ ਨਿਕਲਣ ਵਾਲੇ ਸੀ ਪਰ ਸਾਡੀ ਜੀਪ ਚੱਲ ਹੀ ਨਹੀਂ ਰਹੀ ਸੀ ਅਸੀਂ ਕਈ ਕੋਸ਼ਿਸ਼ਾਂ ਕੀਤੀਆਂ ਧੱਕੇ ਮਾਰੇ ਦੁਨੀਆ ਪਰ ਦਾ ਹਾਰਡਵਰਕ ਕੀਤਾ ਪਰ ਸਾਡੀ ਜੀਪ ਨਹੀਂ ਚੱਲੀ ਸਾਨੂੰ 7 7:30 ਵਜੇ ਗਏ ਮਕੈਨਿਕ ਨੂੰ ਬੁਲਾਇਆ ਤਾਂ ਮਕੈਨਿਕ ਨੇ ਮੁਸ਼ਕਲ ਨਾਲ 2 ਮਿੰਟ ਲਗਾਏ ਹੋਣਗੇ ਤੇ 2 ਮਿੰਟ ਵਿੱਚ ਉਸ ਨੂੰ ਠੀਕ ਕਰ ਦਿੱਤਾ ਅਤੇ ਫਿਰ ਉਹ ਕਹੇ ਕਿ ਸਾਹਿਬ ₹200 ਦੇਣੇ ਪੈਣਗੇ ਤੇ ਮੈਂ ਕਿਹਾ ਕਿ 2 ਮਿੰਟ ਦਾ ₹200 ਉਸਨੇ ਕਿਹਾ ਕਿ ਇਹ 2 ਮਿੰਟ ਦੇ ₹200 ਨਹੀਂ ਨੇ ਇਹ 50 ਸਾਲ ਦੇ ਤਜਰਬੇ ਦੇ ₹200 ਨੇ ਅਸੀਂ ਹਾਰਡਵਰਕ ਕਰ ਰਹੇ ਸੀ ਜੀਪ ਨਹੀਂ ਚੱਲ ਰਹੀ ਸੀ ਉਸ ਨੇ ਸਮਾਰਟਲੀ ਥੋੜੇ ਜਿਹੇ ਬੋਲਟ ਟਾਈਟ ਕੀਤੇ ਬੋਲਟ ਟਾਈਟ ਕਰਨ ਲਈ ਹਾਲੇ 2 ਮਿੰਟ ਲੱਗੇ ਹੋਣਗੇ ਗੱਡੀ ਚੱਲ ਪਈ ਕਹਿਣ ਦਾ ਨਿਚੋੜ ਇਹ ਕਿ ਹਰ ਚੀਜ਼ ਬੜੀ ਮਿਹਨਤ ਮਜ਼ਦੂਰੀ ਨਾਲ ਕਰਾਂਗੇ ਤਾਂ ਹੋਵੇਗਾ ਐਸਾ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਵਾਨ ਜਿਹੜੇ ਹੁੰਦੇ ਨੇ ਖੇਡ ਕੋਧ ਦੀ ਦੁਨੀਆ ਦੇ ਲੋਕ ਹੁੰਦੇ ਨੇ ਉਹ ਕਿਹੜੀ ਖੇਡ ਨਾਲ ਜੁੜਿਆ ਹੁੰਦਾ ਹੈ ਉਸ ਖੇਡ ਵਿੱਚ ਉਸ ਨੂੰ ਕਿਸ ਮਸਲ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਟ੍ਰੇਨਰ ਹੁੰਦਾ ਹੈ ਉਸ ਨੂੰ ਪਤਾ ਹੈ ਹੁਣ ਜਿਵੇਂ ਵਿਕਟ ਕੀਪਰ ਹੋਵੇਗਾ ਤਾਂ ਵਿਕਟ ਕੀਪਰ ਨੂੰ ਝੁੱਕ ਕੇ ਘੰਟਿਆਂ ਤੱਕ ਖੜੇ ਰਹਿਣਾ ਪੈਂਦਾ ਹੈ ਸਾਨੂੰ ਜਮਾਤ ਵਿੱਚ ਕੋਈ ਗਲਤ ਕੰਮ ਕੀਤਾ ਤਾਂ ਅਧਿਆਪਕ ਕੰਨ ਫੜਾ ਕੇ ਬਿਠਾ ਦਿੰਦੇ ਨੇ ਤਾਂ ਸਾਨੂੰ ਬਹੁਤ ਦਰਦ ਹੁੰਦਾ ਹੈ ਹੁੰਦਾ ਹੈ ਕਿ ਨਹੀਂ ਹੁੰਦਾ ਇੱਕ ਸਾਈਕੋਲੋਜੀਕਲ ਹੁੰਦਾ ਹੈ ਇੱਕ ਫਿਜ਼ੀਕਲ ਹੁੰਦਾ ਹੈ ਕਿ ਲੱਤਾਂ ਹੀਠੋਂ ਦੀ ਕੰਨ ਫੜੇ ਹੁੰਦੇ ਨੇ ਤਕਲੀਫ ਹੁੰਦੀ ਏ ਪਰ ਜਿਹੜਾ ਵਿਕਟ ਕੀਪਰ ਹੁੰਦਾ ਏ ਇਹ ਉਸ ਦੀ ਟ੍ਰੇਨਿੰਗ ਦਾ ਹਿੱਸਾ ਹੁੰਦਾ ਏ ਉਸ ਨੂੰ ਘੰਟਿਆਂ ਤੱਕ ਇਸ ਤਰ੍ਹਾਂ ਖੜੇ ਰਹਿਣਾ ਪੈਂਦਾ ਏ ਤਾਂ ਜੋ ਉਸ ਦੇ ਹੌਲੀ-ਹੌਲੀ ਮਸਲ ਮਜ਼ਬੂਤ ਹੋ ਜਾਣ ਤਾਂ ਜੋ ਉਹ ਵਿਕਟ ਕੀਪਰ ਦੇ ਤੌਰ ਤੇ ਚੰਗਾ ਕੰਮ ਕਰੇ ਜਿਹੜਾ ਬੋਲਰ ਹੁੰਦਾ ਏ ਉਸ ਨੂੰ ਇਸ ਵਿਧੀ ਦੀ ਲੋੜ ਨਹੀਂ ਉਸ ਨੂੰ ਦੂਜੀ ਵਿਧੀ ਦੀ ਲੋੜ ਹੁੰਦੀ ਏ ਉਸ ਨੂੰ ਉਹ ਕਰਵਾਇਆ ਜਾਂਦਾ ਹੈ ਅਤੇ ਇਸ ਲਈ ਸਾਨੂੰ ਵੀ ਜਿਸ ਚੀਜ਼ ਦੀ ਜ਼ਰੂਰਤ ਹੈ ਉਸ ਤੇ ਹੀ ਫੋਕਸ ਕਰਨਾ ਚਾਹੀਦਾ ਹੈ ਜਿਹੜੀ ਸਾਡੇ ਲਈ ਉਪਯੋਗੀ ਹੈ ਹਰ ਚੀਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਮਿਹਨਤ ਬਹੁਤ ਲੱਗੇਗੀ ਹੱਥ ਪੈਰ ਉੱਚੇ ਕਰਦੇ ਰਹੋ ਦੌੜਦੇ ਰਹੋ ਇਹ ਕਰੋ ਉਹ ਕਰੋ ਜਨਰਲ ਹੈਲਥ ਦੀ ਫਿਟਨੈਸ ਲਈ ਠੀਕ ਹੈ ਜੇਕਰ ਮੈਂ ਕੁਝ ਸਿੱਖਣਾ ਹੈ ਤਾਂ ਮੈਨੂੰ ਉਸ ਵਿਸ਼ੇਸ਼ ਵਿਸ਼ੇ ਨੂੰ ਐਡਰੈਸ ਕਰਨਾ ਹੋਵੇਗਾ ਅਤੇ ਜਿਸ ਨੂੰ ਇਹ ਸਮਝ ਹੁੰਦੀ ਹੈ ਉਹ ਨਤੀਜਾ ਵੀ ਦਿੰਦਾ ਹੈ ਜੇਕਰ ਬੋਲਰੇ ਤਾਂ ਉਸ ਦੇ ਇਹ ਮਸਲ ਠੀਕ ਨਹੀਂ ਨੇ ਤਾਂ ਕਿਵੇਂ ਬੋਲਿੰਗ ਕਰ ਪਾਵੇਗਾ ਕਿੰਨੇ ਓਵਰ ਕਰ ਸਕੇਗਾ ਜਿਹੜੇ ਲੋਕ ਵੇਟ ਲਿਫਟਿੰਗ ਕਰਦੇ ਨੇ ਤਾਂ ਉਹਨਾਂ ਦੇ ਅਲੱਗ ਤਰ੍ਹਾਂ ਦੇ ਮਸਲਾਂ ਨੂੰ ਮਜ਼ਬੂਤ ਕਰਨਾ ਹੁੰਦਾ ਹੈ ਹਾਰਡ ਵਰਕ ਨਾਲ ਉਹ ਵੀ ਕਰਦੇ ਨੇ ਪਰ ਉਹ ਸਮਾਰਟਲੀ ਹਾਰਡ ਵਰਕ ਕਰਦੇ ਨੇ ਤੇ ਜਦੋਂ ਸਮਾਰਟਲੀ ਹਾਰਡ ਵਰਕ ਕਰਦੇ ਨੇ ਤਾਂ ਜਾ ਕੇ ਫਲ ਮਿਲਦਾ ਹੈ ਬਹੁਤ-ਬਹੁਤ ਧੰਨਵਾਦ